ਸਰਕਾਰ ਅਗਰ ਗ੍ਰਾਮ ਪੰਚਾਇਤਾਂ ਦੇ ਫੈਸਲੇ ਦੇ ਉਲਟ ਜਾ ਕੇ ਅਗਰ ਧੱਕੇ ਸ਼ਾਹੀ ਦੇ ਨਾਲ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰੇਗੀ ਤਾਂ ਆਮ ਆਦਮੀ ਪਾਰਟੀ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਖੜੀ ਰਹੇਗੀ। ਇਹ ਕਹਿਣਾ ਹੈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ, ਜੋ ਅੱਜ ਸੰਗਰੂਰ ਦੇ ਕਰਾਚੋ ਪਿੰਡ ਦੇ ਵਿੱਚ ਗਏ ਜਿੱਥੇ ਗ੍ਰਾਮ ਪੰਚਾਇਤ ਦੇ ਫੈਸਲੇ ਦੇ ਉਲਟ ਜਾ ਕੇ ਜ਼ਮੀਨ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਗ੍ਰਾਮ ਪੰਚਾਇਤ ਕਰਾਚੋ ਦੇ ਮੁਖੀ ਨੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਸਮੱਸਿਆ ਉੱਪਰ ਖੜੇ ਹੋਣ ਦੇ ਲਈ ਉਹਨਾਂ ਦੀ ਤਾਰੀਫ ਕੀਤੀ। ਭਗਵੰਤ ਮਾਨ ਨੇ ਸਰਕਾਰ ਵੱਲੋਂ 23 ਕਿੱਲੇ ਜ਼ਮੀਨ ਲੈ ਕੇ ਪਿੰਡ ਵਾਸੀਆਂ ਨੂੰ ਫੋਟੋ ਸਟੇਟ ਚਾਹ ਦੀ ਦੁਕਾਨ ਅਤੇ ਧੋਬੀ ਦੀ ਦੁਕਾਨ ਖੋਲ੍ਹਣ ਦੇ ਗਿਣਵਾਏ ਫਾਇਦਿਆਂ ਦੀ ਖਿੱਲੀ ਉਡਾਉਂਦੇ ਹੋਏ ਇਸ ਨੂੰ ਸਰਕਾਰ ਦੀ ਨਲਾਇਕੀ ਕਿਹਾ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਪੂਰੇ ਮਾਮਲੇ ਬਾਰੇ ਭਗਵੰਤ ਮਾਨ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਦੇਖੋ, ਇੱਕ ਪਾਸੇ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਜਿਹਦਾ ਕਿ ਇੱਕੋ ਇੱਕ ਮਕਸਦ ਹੈ ਕਿ ਆਪਣੀਆਂ ਜ਼ਮੀਨਾਂ ਬਚਾਉਣੀਆਂ, ਮੋਦੀ ਤੋਂ ਆਪਣੀਆਂ ਜ਼ਮੀਨਾਂ ਬਚਾਉਣੀਆਂ, ਪੂੰਜੀਪਤੀਆਂ ਤੋਂ ਆਪਣੀਆਂ ਜ਼ਮੀਨਾਂ ਬਚਾਉਣੀਆਂ, ਜੱਦੀ ਜ਼ਮੀਨਾਂ ਬਚਾਉਣੀਆਂ। ਅਤੇ ਦੂਜੇ ਪਾਸੇ ਕੈਪਟਨ ਸਰਕਾਰ ਪੰਚਾਇਤੀ ਜ਼ਮੀਨਾਂ 'ਤੇ ਅੱਖ ਰੱਖੀ ਬੈਠੀ ਹੈ। ਉਹ ਪੰਚਾਇਤਾਂ ਨੂੰ ਹੁਕਮ ਦੇ ਰਹੀ ਹੈ ਕਿ ਇੰਨੀ ਜ਼ਮੀਨ ਸਾਡੇ ਨਾਲ ਲਵਾ ਦਿਉ, ਕਿਉਂਕਿ ਬਾਕੀ ਪ੍ਰੋਪਰਟੀਆਂ ਤਾਂ ਵੇਚਤੀਆਂ ਪੰਜਾਬ ਦੀਆਂ, ਸਾਰੇ ਨਹਿਰੀ ਰੈਸਟੋਰੈਂਟ ਵੇਚਤੇ, ਥਰਮਲ ਪਲਾਂਟ ਵੀ ਕਹਿੰਦੇ ਬੰਦ ਕਰੋ, ਸਭ ਕੁਝ ਪ੍ਰਾਈਵੇਟ ਕਰ ਰਹੇ ਨੇ। ਅਤੇ ਹੁਣ ਸਿਰਫ ਪੰਚਾਇਤਾਂ ਕੋਲ ਜਿਹੜੀਆਂ ਜ਼ਮੀਨਾਂ ਨੇ ਉਹਨਾਂ 'ਤੇ ਅੱਖ ਰੱਖੀ ਹੋਈ ਹੈ। ਇਸੇ ਸਿਲਸਿਲੇ 'ਚ ਘਰਾਚੋਂ ਪਿੰਡ ਦੀ ਪੰਚਾਇਤ ਨੇ ਇੱਕ ਜਿਹੜਾ ਗ੍ਰਾਮ ਸਭਾ ਬੁਲਾਈ ਸੀ, ਕਿਉਂਕਿ ਉਹਨਾਂ ਨੂੰ ਆਰਡਰ ਆਇਆ ਸੀ ਪ੍ਰਸ਼ਾਸਨ ਵੱਲੋਂ ਕਿ 23 ਕਿੱਲੇ ਆਪਣੀ ਜ਼ਮੀਨ ਦੇ ਵਿੱਚੋਂ ਜਿਹੜੀ ਸ਼ਾਮਲਾਤ ਦੀ ਹੈ ਉਹਦੇ 'ਚੋਂ 23 ਕਿੱਲੇ ਜਿਹੜੇ ਨੇ ਉਹ ਸਰਕਾਰੀ ਮੈਡੀਕਲ ਕਾਲਜ ਬਣਾਉਣ ਵਾਸਤੇ ਦੇ ਦਿੱਤੇ ਜਾਣ। ਪਰ ਸਰਪੰਚ ਦੇ ਪੜ੍ਹਾ ਲਿਖਿਆ ਹੋਣ ਕਰਕੇ, ਪੰਚਾਇਤ ਅਵੇਅਰ ਹੋਣ ਕਰਕੇ ਇਹਨਾਂ ਨੇ ਗ੍ਰਾਮ ਸਭਾ ਦੇ ਵਿੱਚ ਬੁਲਾ ਕੇ ਮਤਾ ਪਾਸ ਕਰਤਾ ਕਿ ਜੇ 1% ਵੀ ਇਸ ਜਿਹੜਾ ਕਾਲਜ ਹੈ ਪ੍ਰਾਈਵੇਟ ਹੋਇਆ, ਇਹ 'ਚ 1% ਵੀ ਹਿੱਸਾ ਹੋਇਆ ਅਸੀਂ ਨਹੀਂ ਦੇਵਾਂਗੇ। ਜਦੋਂ ਕਾਗਜ਼ਾਤ ਕਢਾ ਕੇ ਦੇਖੇ ਉਹ 70% ਪ੍ਰਾਈਵੇਟ ਪਲੇਅਰਾਂ ਕੋਲ ਸੀਗਾ, ਅਤੇ ਪ੍ਰਸ਼ਾਸਨ ਅਤੇ ਰਾਜਨੀਤਿਕ ਦਬਾਅ ਸੀਗਾ, ਅਤੇ ਉਹਨਾਂ ਨੇ ਗ੍ਰਾਮ ਸਭਾ ਦਾ ਮਤਾ ਹੋਣ ਦੇ ਬਾਵਜੂਦ ਵੀ ਰਾਤੋ ਰਾਤ ਉਹਨਾਂ ਨੇ ਜਿਹੜਾ ਇੰਤਕਾਲ ਕਰ ਲਏ 23 ਕਿੱਲਿਆਂ ਦੇ। ਤਾਂ ਗ੍ਰਾਮ ਸਭਾ ਦਾ ਜਿਹੜਾ ਮਤਾ ਹੈ ਉਹ ਬਹੁਤ, ਮੈਂ ਪਹਿਲੇ ਦਿਨ ਕਹਿੰਦਾ ਰਿਹਾ, ਉਹਦੀ ਤਾਕਤ ਬਹੁਤ ਹੈ, ਉਹਨੂੰ ਲੀਗਲ ਡਾਕੂਮੈਂਟ ਮੰਨਦੀ ਹੈ ਹਾਈਕੋਰਟ। ਤਾਂ ਹਾਈਕੋਰਟ ਦੇ ਵਿੱਚ ਜਦੋਂ ਪੰਚਾਇਤ ਗਈ, ਸਰਪੰਚ ਸਾਹਿਬ ਗਏ ਕਿ ਜੀ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਤਾਂ ਮਤਾ ਪਾਇਆ ਸੀ ਜ਼ਮੀਨ ਬਿਲਕੁਲ ਨਹੀਂ ਦੇਣੀ, ਅਤੇ ਇਹਨਾਂ ਨੇ ਰਾਤੋ ਰਾਤ ਇੰਤਕਾਲ ਕਰ ਲਿਆ ਸੰਗਰੂਰ ਦੇ ਪ੍ਰਸ਼ਾਸਨ ਨੇ। ਤਾਂ ਉਹਦੇ ਦਾ 2-4 ਤਰੀਕਾਂ ਤੋਂ ਬਾਅਦ ਜਦੋਂ ਪਤਾ ਲੱਗਿਆ ਇਹਨਾਂ ਨੂੰ ਸਰਕਾਰ ਨੂੰ ਕਿ ਅਸੀਂ ਗਲਤ ਹਾਂ, ਤਾਂ ਉਹਨਾਂ ਨੇ ਕਹਿਤਾ ਹੁਣ ਹੁਕਮ ਆ ਗਏ ਕਿ ਬਿਲਕੁਲ ਗ੍ਰਾਮ ਸਭਾ ਦੇ ਮਤੇ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਕੋਰਟ ਨੇ ਹੁਕਮ ਦਿੱਤੇ ਨੇ ਕਿ ਇਸੇ ਮਤੇ ਮੁਤਾਬਕ ਜਿਹੜਾ ਤੁਸੀਂ ਨਹੀਂ ਜਿਹੜਾ 23 ਕਿੱਲੇ ਲੈ ਸਕਦੇ, ਵਾਪਸ ਜਿਹੜੀ ਹੈ ਜ਼ਮੀਨ ਉਹ ਘਰਾਚੋ ਪਿੰਡ ਦੀ ਪੰਚਾਇਤ ਦੇ ਨਾਮ ਹੋ ਗਈ। ਸੋ ਇਹ ਗ੍ਰਾਮ ਸਭਾ ਦੀ ਜਿੱਤ ਹੈ, ਇਹ ਲੋਕਾਂ ਦੀ ਜਿਹੜੀ ਲੋਕਤੰਤਰ ਦੀ ਜਿਹੜੀ ਸਭ ਤੋਂ ਵੱਡੀ ਨੀਂਹ ਹੈ ਪੰਚਾਇਤ, ਉਹ ਪੰਚਾਇਤ ਦੇ ਮਤਿਆਂ ਦੀ ਜਿੱਤ ਹੈ। ਮੈਂ ਆਹ ਗੱਲ ਕਹਿਣ ਵਾਸਤੇ ਆਇਆ ਸੀ। ਸੋ ਇਹ ਮਤੇ ਜਿਹੜੇ ਨੇ ਗ੍ਰਾਮ ਸਭਾ ਦੇ, ਤੁਹਾਡੇ ਮੀਡੀਆ ਵੀ ਉੱਥੇ ਹਾਜ਼ਰ ਸੀਗਾ ਜਦੋਂ ਕਿਸਾਨ ਸੰਘਰਸ਼ ਸੰਬੰਧੀ ਕਾਨੂੰਨ ਜਿਹੜੇ ਕਾਲੇ ਨੇ ਉਹਨਾਂ ਸੰਬੰਧੀ ਜਦੋਂ ਮਤੇ ਪਾਏ ਸੀਗੇ। ਤਾਂ ਮੈਂ ਇਹ ਦੱਸਣ ਵਾਸਤੇ ਤੁਹਾਡੇ ਕੋਲ ਆਇਆ ਕਿ ਜੇ ਕੋਈ ਕਿਸੇ ਹੋਰ ਪਿੰਡ ਦੀ ਪੰਚਾਇਤ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਦਮਨਕਾਰੀ ਨੀਤੀਆਂ ਤੋਂ ਪੀੜਿਤ ਹੈ ਤਾਂ ਉਹ ਸਾਡੇ ਨਾਲ ਗੱਲ ਕਰ ਸਕਦੇ ਨੇ, ਉਹ ਘਰਾਚੋ ਪਿੰਡ ਦੇ ਸਰਪੰਚ ਨੂੰ ਮਿਲ ਸਕਦੇ ਨੇ। ਤਾਂ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜੀ ਤੁਹਾਡੇ ਨਾਲ ਧੱਕਾ ਹੋ ਰਿਹਾ, ਕਿਤੇ ਕੋਈ ਪੰਚਾਇਤੀ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਧੱਕੇ ਨਾਲ, ਚਾਹੇ ਉਹ ਕੋਈ ਵੱਡੇ ਜਿਹੜੇ ਘਰਾਣੇ ਨੇ ਪੂੰਜੀਪਤੀ ਉਹ ਹੋਣ, ਚਾਹੇ ਸਰਕਾਰਾਂ ਹੋਣ ਜਿਹੜੀਆਂ ਕਿ ਭੂ ਮਾਫੀਏ ਦੇ ਇਸ਼ਾਰੇ 'ਤੇ ਚੱਲਦੀਆਂ ਨੇ, ਤਾਂ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ, ਮਦਦ ਕਰਾਂਗੇ। ਤੁਸੀਂ ਗੱਲ ਕੀਤੀ ਵੀ ਉੱਥੇ ਪ੍ਰਾਈਵੇਟ ਕਾਲਜ ਮਤਲਬ 70%, ਉਹ ਕਿਹਦਾ ਸੀਗਾ ਉਹਦੇ ਬਾਰੇ? ਬਜਿੰਦਰ ਸਿੰਗਲਾ ਜੀ ਨੇ ਸਾਰਾ ਪ੍ਰੈਸ਼ਰ ਪਾਇਆ ਅਤੇ ਲੱਗਿਆ ਪਤਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਜਿਹੜੇ ਕਿ ਅਮਰੀਕਾ ਤੋਂ ਡਾਕਟਰੀ ਕਰਕੇ ਆਏ ਨੇ, ਅਤੇ ਉਹਦੇ 'ਤੇ ਉਹਨਾਂ ਨੂੰ ਮੈਡੀਕਲ ਕਾਲਜ ਬਣਾ ਕੇ ਦੇਣਾ ਸੀ ਉਹਨਾਂ ਨੂੰ। ਸੋ ਪਤਾ ਨਹੀਂ ਕਿਉਂ ਇਸੇ ਪਿੰਡ ਦੀ ਜ਼ਮੀਨ ਦੇ ਪਿੱਛੇ ਪਏ ਰਹੇ, ਕਿਉਂਕਿ ਇਹ ਜ਼ਮੀਨ PGI ਦੇ ਨਾਲ ਲੱਗਦੀ ਹੈ ਜਿਹੜਾ ਨਵਾਂ PGI ਬਣ ਰਿਹਾ। ਸੋ ਇਸ ਕਰਕੇ ਇਹ ਰਾਜਨੀਤਿਕ ਸ਼ਹਿ ਤੋਂ ਬਿਨਾਂ
ਪ੍ਰਸ਼ਾਸਨ ਇਹਨਾਂ ਧੱਕਾ ਨਹੀਂ ਕਰ ਸਕਦਾ। 8 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾ ਦਿੱਤਾ ਗਿਆ ਮਾਨਸਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਇਹਨਾਂ ਕੋਲ ਕੋਈ ਪਲੈਨਿੰਗ ਨਹੀਂ, ਜਿਹੜਾ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾ ਦਿੰਦੇ ਨੇ, ਉਹ ਤੱਕ ਤਾਂ ਉਹ ਤਾਂ ਵੈਸੇ ਵੀ ਨਹੀਂ ਕੋਈ ਹੁੰਦਾ। ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਬਣਾਓ ਜਿਹਦੇ ਨਾਲ ਲੋਕਡਾਊਨ ਜਿਹੜਾ ਉਹ ਆਪਦੇ, ਦੇਖੋ ਆਪਦੀਆਂ ਤਾਂ ਰੈਲੀਆਂ ਵੀ ਚੱਲ ਰਹੀਆਂ ਨੇ, ਮੋਦੀ ਸਾਹਿਬ ਦੀਆਂ ਵੀ ਚੱਲ ਰਹੀਆਂ ਨੇ ਉੱਥੇ ਬੰਗਾਲ 'ਚ, ਠੀਕ ਹੈ ਨਾ, ਅਤੇ ਉਦੋਂ ਪਹਿਲਾਂ ਹੈਦਰਾਬਾਦ 'ਚ ਇਲੈਕਸ਼ਨ ਲੜਦੇ ਰਹੇ ਨੇ, ਉਦੋਂ ਤਾਂ ਕੋਈ ਕਰੋਨਾ ਦਾ ਕੋਈ ਪ੍ਰੋਬਲਮ। ਮਾਨ ਸਾਹਿਬ ਤੁਹਾਡੇ ਵੱਲੋਂ ਪਹਿਲਾਂ ਵੀ ਆਵਾਜ਼ ਉਠਾਈ ਗਈ ਹੈ ਪਾਰਟੀ ਵੱਲੋਂ, ਸੰਗਰੂਰ ਦੇ ਵਿੱਚ ਇੰਟਰਲੋਕ ਟੈਲਾਂ ਦਾ ਜੋ ਬੁਰਾ ਹਾਲ ਆ, ਬਹੁਤ ਖਸਤਾ ਹਾਲਤ ਦੇ ਵਿੱਚ, ਇਹ ਜਿੱਥੇ ਸੜਕਾਂ ਬਣੀਆਂ ਹੋਈਆਂ ਨੇ ਉਹਦੇ ਉੱਪਰ ਵੀ ਸਿਰਫ ਰੇਤਾ ਪਾ ਕੇ ਖਾਨਾ ਪੂਰਤੀ ਕੀਤੀ ਹੈ? ਨਹੀਂ, ਇਹ ਗੱਲ ਅਸੀਂ ਦਿਸ਼ਾ ਦੀ ਮੀਟਿੰਗ 'ਚ ਉਠਾਈ ਸੀ ਅਤੇ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੀ ਇਨਕੁਆਇਰੀ ਕਰਦਾ, ਇੱਕ ਦੋ ਦਿਨਾਂ ਬਾਅਦ ਮੈਂ ਇਹਦਾ ਸਾਰੀ ਰਿਪੋਰਟ ਲੈ ਲੈਣੀ ਹੈ ਕਿ ਜਿੱਥੇ ਲੋੜ ਨਹੀਂ ਵੀ ਹੈਗੀ, ਇੱਟ ਸੜਕ ਪੱਟ ਕੇ ਟਾਈਲਾਂ ਲਾਈਆਂ ਜਾ ਰਹੀਆਂ ਨੇ, ਟਾਈਲਾਂ ਪੱਟ ਕੇ ਸੜਕ ਬਣਾਈ ਜਾ ਰਹੀ ਹੈ, ਇਹ ਕਿਤੇ ਨਾ ਕਿਤੇ ਇਹਦੇ 'ਚ ਘਪਲੇ ਦੀ ਜਿਹੜੀ ਹੈ ਉਹ ਸੂਹ ਮਿਲਦੀ ਹੈ ਕਿ ਇੰਨੇ ਪਰਸੈਂਟ ਟਾਈਲਾਂ 'ਚੋਂ ਇੰਨੇ ਪਰਸੈਂਟ ਪਰ ਟਾਇਲ, ਸੋ ਇਹ ਜਿਹੜੀਆਂ ਸਹੂਲਤਾਂ ਨੂੰ ਖਾਣ ਦਾ ਜਿਹੜਾ ਸਿਲਸਿਲਾ ਹੈ ਉਹ ਸੰਗਰੂਰ 'ਚ ਤਾਂ ਕਦੇ ਥੰਮੇ ਨਹੀਂ। ਪਤਾ ਨਹੀਂ ਬੋਰਡ ਬਹੁਤ ਵੱਡੇ ਨੇ ਪਰ ਜਿਹੜੇ ਜਿਹੜੇ ਕਰੋੜ ਰੁਪਈਆ ਲਿਖਿਆ ਹੋਇਆ ਉਹਨਾਂ ਕਰੋੜ ਦਿਖਦਾ ਨਹੀਂ ਹੈਗਾ ਬਾਹਰ। ਮਾਨ ਸਾਹਿਬ ਪਤਾ ਲੱਗਾ ਕਿ ਟਾਇਲਾਂ ਰੋਪੜ ਤੋਂ ਮੰਤਰੀ ਦੀ ਫੈਕਟਰੀ 'ਚ ਆ ਰਹੀਆਂ, ਕੀ ਤੁਹਾਨੂੰ ਲੱਗਦਾ ਕਿ ਮੰਤਰੀ ਹੋਣ ਦੇ ਨਾਤੇ ਸਾਰੇ ਕੱਪੜੇ ਚੱਲ ਰਹੇ? ਦੇਖੋ ਉਦੇ ਇਹ ਗੱਲ ਦਿਸ਼ਾ ਦੀ ਮੀਟਿੰਗ 'ਚ ਮੰਨੀ ਹੈ ਉਹਨਾਂ ਨੇ ਪ੍ਰਸ਼ਾਸਨ ਨੇ ਕਿ ਹਾਂਜੀ ਟਾਇਲਾਂ ਜਿਹੜੀਆਂ ਮੁਹੱਲ ਤੋਂ ਰੋਪੜ ਤੋਂ ਆਉਂਦੀਆਂ ਨੇ, ਇਹ ਇਹੋ ਜਿਹੀ ਕਿਹੜੀ ਟਾਇਲ ਹੈ ਜਿਹੜੀ ਰੋਪੜ ਤੋਂ ਆਉਂਦੀ ਹੈ, ਸੰਗਰੂਰ 'ਚ ਨਹੀਂ ਬਣਦੀ। ਸੋ ਇਸ ਕਰਕੇ ਇਹ ਆਪ ਹੀ ਮਤਲਬ ਪ੍ਰੋਜੈਕਟ ਲਿਆਉਂਦੇ ਨੇ, ਆਪ ਹੀ ਆਪਦਾ ਸਮਾਨ ਵੇਚਦੇ ਨੇ, ਸੋ ਸਾਰੇ ਪਾਸਿਓਂ ਹਿੱਸਾ ਰੱਖ ਕੇ ਲੋਕਾਂ ਦੇ ਠੇਕੇਦਾਰਾਂ ਵੱਲੋਂ ਡਰਾਇਆ ਜਾਂਦਾ ਜੇ ਕੋਈ ਸ਼ਿਕਾਇਤ ਪਾਉਂਦਾ ਕਹਿੰਦਾ ਕਿ ਅਸੀਂ ਕੰਮ ਬੰਦ ਕਰ ਦਾਂਗੇ। ਹਾਂਜੀ ਬਿਲਕੁਲ ਉਹੀ ਗੱਲ ਹੈ। ਸੋ ਇਸ ਕਰਕੇ ਇਹ ਕੋਈ ਵੀ ਪਾਸਾ ਇਹ ਛੱਡਦੇ ਨਹੀਂ ਹੈਗੇ ਵੀ ਚੂੰਡਣ ਕਰਨ, ਕਿਉਂਕਿ ਆਖਰੀ ਸਾਲ ਇਹਨਾਂ ਨੂੰ ਪਤਾ ਕਿ ਹੁਣ ਮਹੀਨੇ ਕੁਛ ਰਹਿ ਗਏ, ਬਾਕੀ ਕੈਪਟਨ ਸਾਹਿਬ ਦੇ ਵਾਅਦੇ ਜਿਹੜੇ ਨੇ ਉਹ ਤਾਂ ਲੋਕਾਂ ਨੂੰ ਯਾਦ ਹੀ ਨੇ, ਅਤੇ ਆ 4 ਸਾਲ ਖਜ਼ਾਨਾ ਖਾਲੀ ਖਜ਼ਾਨਾ ਖਾਲੀ, 5ਵੇਂ ਸਾਲ ਲੋਲੀਪੋਪ ਦੇ, ਅਤੇ ਉਹ ਪ੍ਰਸ਼ਾਂਤ ਕਿਸ਼ੋਰ ਪਬਲਿਕ ਦੇ ਪੈਸੇ 'ਤੇ ਲਿਆਂਦਾ, ਠੀਕ ਹੈ ਨਾ, 1 ਸਾਲ ਵਾਸਤੇ ਸਰਕਾਰ ਹੀ ਉਹਨੂੰ ਫੜਾਤੀ। ਸੋ ਇਸ ਕਰਕੇ ਇੱਥੋਂ ਹੀ ਪਤਾ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਬਿਲਕੁਲ ਨਾਕਾਮ ਹੋ ਚੁੱਕੀ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਕਹਿੰਦੇ ਵੀ ਤੇਰੇ ਜਿਹੜੇ ਪੁਰਾਣੇ ਗੱਪ ਸੀ ਉਹ 4 ਸਾਲ ਚੱਲ ਗਏ, ਹੁਣ ਨਵੇਂ ਗੱਪ ਕੱਢ ਲਾ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।